ਲੋਗੇ ਛੋੜਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਨਵੀਂ ਫਿਲਮ ਦਾ ਸੀਕੁਇਲ ਲਈ ਸੋਏ ਦੀ ਨੌ ਦਿਨਾਂ ਦੀ ਕਲੈਕਸ਼ਨ ਦੇ ਬਾਰੇ ਫਿਲਮ ਦਾ ਨਾਮ ਹੈ ਨੀਮ ਸਾਸਕੁਟਣੀ 2 ਦੀ ਨੌ ਦਿਨਾਂ ਦੀ ਕਲੈਕਸ਼ਨ ਕੀ ਹੈ ਇੰਡੀਆ ਓਵਰਸੀਜ਼ ਤੇ ਵਰਲਡਵਾਈਡ ਦੇ ਵਿੱਚ ਕੀ ਇਹ ਫਿਲਮ ਪਾਰਟ 1 ਦੀ ਕਲੈਕਸ਼ਨ ਬ੍ਰੇਕ ਕਰ ਰਹੀ ਹੈ ਜਾਂ ਨਹੀਂ ਸੋ ਨੀਮ ਸਾਸਕੁਟਣੀ ਦਾ ਜੋ ਹੈ ਬਜਟ ਹੈ 4 ਕਰੋੜ ਦਾ ਸੈਕਿੰਡ ਪਾਰਟ ਦਾ ਬਜਟ ਹੈ 4 ਕਰੋੜ ਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਫਰਸਟ ਪਾਰਟ ਨੇ ਕਲੈਕਸ਼ਨ ਕਿੰਨੀ ਕੁ ਕੀਤੀ ਸੀ ਪਾਰਟ 1 ਦਾ ਬਜਟ ਸੀਗਾ 2.50 ਕਰੋੜ ਦਾ ਪਾਰਟ 1 ਪੰਜ ਵੀਕ ਜੋ ਹੈ ਸਿਨੇਮਾ ਵਿੱਚ ਟੋਟਲ ਰਨ ਹੋਇਆ ਸੀ ਪਾਰਟ 1 ਨੇ ਕਲੈਕਸ਼ਨ ਕੀਤੀ ਸੀ ਇੰਡੀਆ 'ਚ 4.79 ਕਰੋੜ ਦੀ ਤੇ ਹੋਰਸਿਸ ਕਲੈਕਸ਼ਨ ਕੀਤੀ ਸੀ 3.24 ਕਰੋੜ ਦੀ ਵਰਲਡਵਾਈਡ ਗ੍ਰੋਸ ਕਲੈਕਸ਼ਨ ਕੀਤੀ ਸੀ 8.03 ਕਰੋੜ ਦੀ ਨੀਮਸਾਸਕੁਟਣੀ 1 ਦੀ ਪਰਡਿਕਸੀ ਕੀ ਸੁਪਰ ਹਿੱਟ ਦੀ ਨੀਮਸਾਸਕੁਟਣੀ 1 ਦੀ IMDB ਰੇਟਿੰਗ ਸੀ 6 ਸਟਾਰ ਦੀ ਨੀਮਸਾਸਕੁਟਨੀ 2 ਦੇ ਵਿੱਚ ਵੀ ਸੇਮ ਕਾਸਟ ਹੀ ਰਹਿਣ ਵਾਲੀ ਹੈ ਜਿਵੇਂ 1 ਦੇ ਵਿੱਚ ਸੀਗੀ ਤੇ ਬਟ ਫਿਲਮ ਦੇ ਡਾਇਰੈਕਟਰ ਚੇਂਜ ਹੋ ਗਏ ਨੇ ਨੀਮਸਾਸਕੁਟਨੀ 1 ਦੇ ਡਾਇਰੈਕਟਰ ਸੀਗੇ ਪਰਵੀਨ ਕੁਮਾਰ ਨੀਮਸਾਸਕੁਟਨੀ 2 ਦੇ ਡਾਇਰੈਕਟਰ ਨੇ ਮੋਹਿਤ ਬਣਵੈਟ ਨੀਮਸਾਸਕੁਟਨੀ ਦਾ ਬਜਟ ਹੈ 4 ਕਰੋੜ ਦਾ 9 ਦਿਨਾਂ ਦੀ ਇਹਨੇ ਇੰਡੀਆ ਕਲੈਕਸ਼ਨ ਕਰ ਲਈ ਹੈ 3.76 ਕਰੋੜ ਦੀ ਓਵਰ ਸੀਸ ਕਲੈਕਸ਼ਨ ਕਰ ਲਿਆ 2.5 1 ਕਰੋੜ ਦੀ ਤੇ ਵਰਲਡ ਵਾਈਡ ਗ੍ਰੋਸ ਕਲੈਕਸ਼ਨ ਨੌ ਦਿਨਾਂ ਦੇ ਵਿੱਚ ਫਿਲਮ ਨੇ ਕਰ ਲਿਆ 6.27 ਕਰੋੜ ਦੀ ਸੋ ਬਜਟ ਦਾ ਫਿਲਮ ਨੇ ਰਿਕਵਰ ਕਰ ਲਿਆ ਹੈ ਤੇ ਫਿਲਹਾਲ ਫਿਲਮ ਦੀ ਵਰਦੀ ਕੀ ਹੈ ਅਬੋਵ ਐਵਰੇਜ ਦੀ ਟੈਲ ਡੇਟ ਅੱਗੇ ਜਾ ਕੇ ਫਿਲਮ ਦੀ ਜੋ ਹੈ ਬੱਡੀ ਦੇ ਹਿੱਟ ਵੀ ਪਹੁੰਚ ਜੂਗੀ ਤੇ ਮੈਨੂੰ ਲੱਗਦਾ ਹੈ ਕਿ ਆਰਾਮ ਨਾਲ ਸਮੂਦਲੀ ਹੁਣੇ ਫਿਲਮ ਜੋ ਹੈ ਪਾਰਟ 1 ਦਾ ਵੀ ਕਲੈਕਸ਼ਨ ਆਰਾਮ ਨਾਲ ਤੋੜ ਦੂਗੀ ਜਿਵੇਂ ਕਿ ਇੰਡੀਆ ਵਰਸਸ ਵਿੱਚ ਕਲੈਕਸ਼ਨ ਕਰਦੀ ਹੋ ਨਜ਼ਰ ਆ ਰਹੀ ਹੈ ਤੇ ਫਿਲਮ ਦੀ ਜੋ ਹੈ ਰੇਟਿੰਗ ਹੈ ਆਈ ਐਮ ਡੀਬੀ ਦੇ ਉੱਤੇ ਲਗਭਗ 1.1 ਕੇ ਤੋਂ ਵੱਧ ਲੋਕਾਂ ਨੇ ਵੋਟ ਕੀਤਾ ਹੈ ਫਿਲਮ ਦੇ ਉੱਤੇ ਤੇ 9 ਸਟਾਰ ਦੀ ਰੇਟਿੰਗ ਦਿੱਤੀ ਹੈ ਯਾਨੀ ਇਹ ਫਿਲਮ ਐਕਚੁਅਲੀ ਜੀ ਵਧੀਆ ਰੇਟਿੰਗ ਦੇ ਮੁਕਾਬਲੇ ਅਗਰ ਦੇਖਿਆ ਜਾਵੇ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਅਗੇ ਰਿਫਲਮ ਦੇਖੀ ਐ ਤੁਹਾਨੂੰ ਕਿੱਦਾਂ ਲੱਗੀ ਮਿਲਣਾ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਐਸ ਜਿਹੀਆਂ ਵੀਡੀਓਜ਼ ਲਈ ਸਾਰੇ ਜਣੋ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਰਾਬ ਰੱਖਾ